ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ। ਦੋਸਤੋ, ਅੱਜ ਮੈਂ ਵੀਡੀਓ ਬਣਾਊਂਗਾ ਬਹੁਤ ਹੀ ਮੁਖਸਰ ਜਿਹੀ, ਤਾਂ ਪਲੀਜ਼ ਇਹਨੂੰ ਐਂਡ ਤੱਕ ਦੇਖਣਾ। ਅਗਰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਤਾਂ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਆਂ ਮਜ਼ੀਦ ਵੀਡੀਓ ਜਿਹੜੀਆਂ ਉਹ ਤੁਹਾਡੇ ਤੱਕ ਬਰ ਵਕਤ ਪਹੁੰਚਦੀਆਂ ਰਹਿਣ। ਦੂਸਰਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼, ਐਂਡ ਥੈਂਕ ਯੂ। ਦੋਸਤੋ, ਅੱਜ ਹੈਗਾ ਵਾ 31st of March 2024। ਦੋ ਛੋਟੀ ਛੋਟੀਆਂ ਨਿਊਜ਼ਾਂ ਵਾ, ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ। ਪਹਿਲੀ ਤਾਂ ਇਹ ਹੈਗੀ ਆ ਕਿ ਮੇਰੇ 500 ਸਬਸਕ੍ਰਾਈਬਰ ਹੋ ਚੁੱਕੇ ਆ। ਥੈਂਕ ਯੂ ਸੋ ਵੈਰੀ ਵੈਰੀ ਮੱਚ, ਆਈ ਰੀਲੀ ਰੀਲੀ ਰਿਸਪੈਕਟ ਦੈਟ, ਬੜਾ ਮੈਂ ਸ਼ੁਕਰਗੁਜ਼ਾਰ ਹਾਂ ਜੀ। ਅਤੇ ਦੂਸਰੀ ਨਿਊਜ਼ ਇਹ ਸੀਗੀ ਕਿ ਸੁਬਾਹ ਨੂੰ 1st of April ਨੂੰ ਰੋਮਾਨੀਆ ਤਾਂ ਬਲਗੇਰੀਆ ਇਹ ਸ਼ੈਨਗਨ ਦੇ ਵਿੱਚ ਜਾ ਰਹੇ ਆ, ਸੁਬਾਹ ਇਹਨਾਂ ਦੀ ਫਸਟ ਡੇਟ ਆ। ਅਤੇ ਮੈਂ ਕੋਸ਼ਿਸ਼ ਇਹੀ ਕਰੂੰਗਾ ਕਿ ਜਿਹੜੀ ਆ ਮੇਰੀ ਵੀਡੀਓ ਹੋਣਾ ਇਹ ਸਵੇਰ ਨੂੰ ਅਪਲੋਡ ਹੋ ਜਾਵੇ, ਤਾਂ ਕਿ ਤੁਹਾਡੇ ਤੱਕ ਇਹ ਨਿਊਜ਼ ਮੇਰਾ ਚੈਨਲ ਹੀ ਪਹੁੰਚਾਵੇ, ਤੁਹਾਨੂੰ ਸ਼ਾਇਦ ਪਤਾ ਵੀ ਹੋਵੇ ਉਹਦੇ ਬਾਰੇ। ਅੱਛਾ, ਦੂਸਰੀ ਜਿਹੜੀ ਮੇਨ ਰੀਜ਼ਨ ਸੀਗੀ ਨਾ, ਉਹ ਮੈਨੂੰ ਇੱਕ ਸਬਸਕ੍ਰਾਈਬਰ ਹੈਗੇ ਆ ਇੰਡੀਆ ਤੋਂ, ਸਰਦਾਰ ਆ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਉਹਨਾਂ ਨੇ ਮਲਡੋਵਾ ਦਾ ਵੀਜ਼ਾ ਨੀਅਰਲੀ 3 months ago ਕੀਤਾ ਸੀ, 2.5 months ago, ਤਾਂ ਵੀਜ਼ਾ ਉਹਨਾਂ ਦਾ ਪੈਂਡਿੰਗ ਜਾ ਰਿਹਾ। ਉਹ ਐਮਬੈਸੀ ਨੂੰ ਕਾਲ ਕਰਦੇ ਆ ਅਤੇ ਉਹ ਕਹਿੰਦੇ ਹਲੇ ਤੁਸੀਂ ਵੇਟ ਕਰੋ, ਕੋਈ ਕਹਿੰਦੇ ਜਵਾਬ ਨਹੀਂ ਦੇ ਰਹੇ, ਯੈਸ ਔਰ ਨੋ ਨਹੀਂ ਕਰ ਰਹੇ। ਅਤੇ ਉਹਦੀ ਦੋ ਵੱਡੀਆਂ ਰੀਜ਼ਨ ਆ ਜੀ, ਇੱਕ ਤਾਂ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਰੋਮਾਨੀਆ ਤਾਂ ਬਲਗਾਰੀਆ ਦੋਵੇਂ ਸ਼ੈਨਗਨ ਦੇ ਵਿੱਚ ਚੱਲੇ ਆ ਸੁਬਾਹ ਨੂੰ, ਅਤੇ ਇੱਕ ਤਾਂ ਮੇਨ ਰੀਜ਼ਨ ਇਹ ਸੀਗੀ ਕਿਉਂ ਸਾਡੇ ਪਾਕਿਸਤਾਨੀ ਤਾਂ ਇੰਡੀਅਨ ਜਿਹੜੇ ਆ ਨਾ ਉਹ ਮਲਡੋਵਾ ਦਾ ਵੀਜ਼ਾ ਲੈਂਦੇ ਆ ਤਾਂ ਰੋਮਾਨੀਆ ਦੌੜ ਜਾਂਦੇ ਆ ਡੰਕੀ ਲਾ ਕੇ, ਗੈਰ ਕਾਨੂੰਨੀ ਤਰੀਕਾ ਵਾ, ਲੇਕਿਨ ਲੋਕ ਕਰਦੇ ਇਸ ਤਰ੍ਹਾਂ। ਇੱਕ ਤਾਂ ਮੇਨ ਰੀਜ਼ਨ ਇਹ ਸੀਗੀ ਜਿਸ ਵਜ੍ਹਾ ਤੋਂ ਉਹਨਾਂ ਦਾ ਵੀਜ਼ਾ ਜਿਹੜਾ ਵਾ ਨਾ ਉਹ ਪੈਂਡਿੰਗ ਜਾ ਰਿਹਾ, ਉਹਨਾਂ ਨੂੰ ਰਿਪਲਾਈ ਨਹੀਂ ਆ ਰਿਹਾ ਯੈਸ ਔਰ ਨੋ ਦਾ, ਉਹ ਰਿਫਿਊਜ਼ ਕਰ ਦੇਣ। ਠੀਕ ਆ, ਬੰਦੇ ਨੂੰ ਸਮਝ ਲੱਗਦੀ ਆ, ਇਸ ਤਰ੍ਹਾਂ ਜਿਹੜਾ ਵੇਟਿੰਗ ਕਰਨਾ ਥੋੜ੍ਹਾ ਹਾਰਡ ਹੁੰਦਾ। ਅੱਛਾ, ਦੂਸਰੀ ਰੀਜ਼ਨ ਇਹ ਸੀਗੀ, ਜਿਸ ਤਰ੍ਹਾਂ ਤੁਸੀਂ ਲੋਕ ਮੋਸਟਲੀ ਜਾਣਦੇ ਆ ਕਿ ਰਸ਼ੀਆ ਦੀ ਤਾਂ ਯੂਕਰਾਈਨ ਦੀ ਵਾਰ ਚੱਲਦੀ ਪਈ ਆ, ਮਲਡੋਵਾ ਨੂੰ ਇੱਕ ਸਾਈਡ ਦੇ ਉੱਤੋਂ ਯੂਕਰਾਈਨ ਲੱਗਦਾ ਵਾ, ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਥਰੈਟ ਵੀ ਆ। ਦੂਸਰੀ ਮੇਨ ਰੀਜ਼ਨ ਆ ਵਾ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਨਾ ਜਿਹੜੇ ਸੀਗੇ ਮਲਡੋਵਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕੁਛ ਉਹਦੇ ਬਾਰੇ ਕੋਈ ਗੱਲ ਕੀਤੀ ਆ ਰਸ਼ੀਆ ਦੇ ਕੋਲੋਂ ਕੋਈ ਪ੍ਰੋਟੈਕਸ਼ਨ ਵਾਸਤੇ ਜਾਂ ਕਿਸ ਤਰ੍ਹਾਂ ਵੀ, ਇਹ ਪੋਲੀਟੀਕਲ ਹੈਗੀ ਗੱਲ ਅਤੇ ਮੈਨੂੰ ਇਤਨਾ ਜ਼ਿਆਦਾ ਨਹੀਂ ਪਤਾ, ਲੇਕਿਨ ਮੈਂ ਜੋ ਨਿਊਜ਼ ਪੇਪਰ 'ਤੇ ਪੜ੍ਹਿਆ ਤੁਹਾਨੂੰ ਉਹ ਦੱਸ ਰਿਹਾ। ਇਹ ਦੋ ਮੇਨ ਰੀਜ਼ਨ ਆ ਜਿਹਦੀ ਵਜ੍ਹਾ ਤੋਂ ਜਿਨ੍ਹਾਂ ਦੇ ਵੀਜ਼ੇ ਜਿਹੜੇ ਆ ਨਾ ਐਮਬੈਸੀ ਦੇ ਵਿੱਚ ਪਏ ਆ, ਅਪਲਾਈ ਕੀਤੇ ਹੋਏ ਆ, ਉਹ ਤਦੀ ਉਹਨਾਂ ਨੂੰ ਟਰੈਕ ਕਰਦੇ ਪਏ ਆ। ਅਤੇ ਦੋਸਤੋ, ਅੱਜ ਦੀ ਵੀਡੀਓ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਊਗੀ, ਅਤੇ ਮੇਰੀ ਜਿਹੜੀ ਆ ਨਿਊਜ਼ ਸੀਗੀ ਇਹ ਵੀ ਤੁਹਾਨੂੰ ਹੋ ਸਕਦਾ ਕਿ ਮੇਰਾ ਚੈਨਲ ਹੀ ਪਹਿਲਾਂ ਦੱਸੇ। ਸ਼ੁਕਰੀਆ ਜਨਾਬ, ਅਗਰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਤਾਂ ਕਮੈਂਟ ਜ਼ਰੂਰ ਕਰਨਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਵੈਰੀ ਮੱਚ ਫਾਰ ਯੋਰ ਟਾਈਮ, ਗੁੱਡ ਲੱਕ।